ਹੋਰ ਦੋਸਤੋ ਕਿਵੇਂ ਹੋ? ਕਾਇਮ ਹੋ ਸਾਰੇ? ਕਰੋਨਾ ਵਾਇਰਸ ਚੱਲੀ ਜਾਂਦਾ, ਇਸ ਕਰਕੇ ਕਬੂਤਰਾਂ ਵਾਲੇ ਵਿਹਲੇ ਜਿਹੇ ਹੋ ਗਏ ਆ। ਚਲੋ ਕਬੂਤਰਾਂ 'ਤੇ ਆਨੰਦ ਮਾਣਦੇ ਆ, ਉਹ ਗੱਲ ਵੱਖ ਹੈ। ਬਾਜ਼ੀਆਂ ਦੇ ਬਾਰੇ ਅਜੇ ਕੁਛ ਪਤਾ ਨਹੀਂ ਕਿ ਕਦੋਂ ਕੁੱਡਣਗੀਆਂ, ਕੀ ਹੈ ਕੀ ਨਹੀਂ, ਜੋ ਸਿਸਟਮ ਚੱਲ ਰਿਹਾ। ਵਿਹਲਾ ਬੰਦਾ ਸ਼ੈਤਾਨ ਦਾ ਘਰ, ਵਿਹਲੇ ਬੰਦੇ ਨੂੰ ਸ਼ੈਤਾਨੀਆਂ ਬਹੁਤ ਹੁੰਦੀਆਂ। ਜਿਹੜੇ ਮਸਲੇ 'ਤੇ ਆਪਾਂ ਗੱਲ ਕਰਨੀ ਆ, ਚਲੋ ਵਿਹਲੇ ਹੋ ਗਏ ਸੀ, ਕੁਛ ਦੇਖਦੇ ਰਹੇ। ਕਬੂਤਰਬਾਜ਼ੀ ਨੂੰ ਆਪਾਂ ਇੱਕ ਵਧੀਆ ਮੁਕਾਮ ਤੱਕ ਪਹੁੰਚਾਈਏ, ਇਹ ਉਪਰਾਲਾ ਹੈ ਕੁਛ ਇੱਕ ਬੰਦਿਆਂ ਦਾ। ਚਲੋ ਅਸੀਂ ਵੀ ਆਪਣਾ ਜਿੰਨਾ ਕੁ ਉਹਦੇ 'ਚ ਯੋਗਦਾਨ ਪਾ ਸਕੀਏ ਪਾਉਂਦੇ ਹਾਂ, ਦੱਸਦੇ ਹਾਂ। ਸਹੀ ਗੱਲ, ਸਹੀ ਸੇਧ ਆਉਣ ਵਾਲੇ ਬੱਚਿਆਂ ਨੂੰ ਮਿਲੇ। ਪਰ ਇੱਕ ਗੱਲ ਦੇਖ ਕੇ ਬਹੁਤ ਦੁੱਖ ਹੋਇਆ, ਬਹੁਤ ਹੀ ਜ਼ਿਆਦਾ। ਦੋ ਤਿੰਨ ਬੰਦੇ ਜੋ ਬਹੁਤ ਹੀ ਵਧੀਆ ਤਰੀਕੇ ਨਾਲ ਕਬੂਤਰਬਾਜ਼ੀ ਨੂੰ ਪ੍ਰਮੋਟ ਕਰਨ ਦੀ ਕੋਸ਼ਿਸ਼ ਕਰ ਰਹੇ ਆ ਆਪਣੇ ਪੰਜਾਬ 'ਚ, ਉਹ ਵਿਚਾਰੇ ਘਰੋਂ ਚੱਲਦੇ ਆਪਣਾ ਸਾਜੋ ਸਮਾਨ ਲੈ ਕੇ ਕਿ ਕਿਸੇ ਵਧੀਆ ਕਬੂਤਰਬਾਜ਼ ਖਿਡਾਰੀ ਦੀ ਇੰਟਰਵਿਊ ਬਣਾਈ ਜਾਵੇ, ਪਾਈ ਜਾਵੇ, ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਸੇਧ ਮਿਲੇ। ਉਹ ਜਦੋਂ ਕਿ ਕਿਸੇ ਤੋਂ, ਮੈਨੂੰ ਨਹੀਂ ਲੱਗਦਾ ਕਿ ਕੋਈ ਪੈਸਾ ਮੰਗਦੇ ਹੋਣੇ, ਮਿਹਨਤ ਕਰਦੇ ਆ, ਉਹਨਾਂ ਦਾ ਜਨੂੰਨ ਹੀ ਹੈ ਇੱਕ ਇਹ। ਜਿਵੇਂ ਕਾਕਾ ਕਨੇਡਾ, ਭਿੰਦਰ ਚੱਕੜਾ ਗਰੁੱਪ, ਆਪਣਾ ਸੰਦੀਪ ਬਰਾੜ ਜਾਂ ਗੱਗਾ ਰਾਏ ਸਰ, ਇਹਨਾਂ ਬੰਦਿਆਂ ਨੇ ਬਹੁਤ ਹੀ ਮਿਹਨਤ ਕਰਕੇ ਆਪਣੇ ਘਰੋਂ ਜਾ ਕੇ, ਮੈਨੂੰ ਨਹੀਂ ਲੱਗਦਾ ਵੀ ਕਿਸੇ ਤੋਂ ਕੋਈ ਪੈਸਾ ਲਿਆ ਹੋਊਗਾ, ਬਹੁਤ ਸੋਹਣਾ ਯੋਗਦਾਨ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਪਾਇਆ ਤਾਂ ਕਿਵੇਂ ਕਹਿ ਦਈਏ ਹੁਣ, ਕਿਉਂਕਿ ਜਿਹੜੀ ਗੱਲ ਅੱਜ ਮੈਂ ਕਰਨੀ ਆ, ਜੇ ਵੀਰ ਕਿਤੇ ਦੇਖਦੇ ਹੋਣ, ਇਹਨਾਂ ਦੇ ਦਿਲ 'ਚ ਵੀ ਇੱਕ ਠੇਸ ਪਹੁੰਚੂਗੀ ਕਿ ਇਹ ਕੀ ਹੈ ਗੱਲ। ਮੇਨ ਚੀਜ਼ ਕੀ ਹੁੰਦੀ ਹੈ? ਇਹਨਾਂ ਨੇ ਬੰਦੇ ਨੂੰ ਮਿਲਣਾ ਹੁੰਦਾ, ਉਹ ਤੋਂ ਪੁੱਛਣਾ ਹੁੰਦਾ ਕਿੱਥੋਂ ਕਬੂਤਰਬਾਜ਼ੀ ਦਾ ਸਫ਼ਰ ਸ਼ੁਰੂ ਹੋਇਆ, ਕਿਵੇਂ ਕਿਵੇਂ ਤੁਸੀਂ ਇੱਥੇ ਤੱਕ ਪਹੁੰਚੇ ਹੋ ਮੁਕਾਮ 'ਤੇ। ਮੈਂ ਹੁਣ ਉਹਨਾਂ ਖਿਡਾਰੀਆਂ ਦੇ ਨਾਂ ਨਹੀਂ ਲੈਣੇ ਚਾਹੁੰਦਾ ਜਿਨ੍ਹਾਂ ਨੇ ਇਹ ਗੱਲਾਂ ਦੱਸਣ ਦੇ ਟਾਈਮ ਵੀ ਝੂਠ ਬੋਲਿਆ ਜਾਂ ਮਤਲਬ ਇਹਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ। ਇਹ ਪਤਾ ਉਦੋਂ ਲੱਗਦਾ ਜਦੋਂ ਕੋਈ ਖਿਡਾਰੀ ਕਿਸੇ ਬਾਜ਼ੀ ਬਾਰੇ ਬੋਲ ਜਾਂਦਾ ਜਾਂ ਕਿਸੇ ਨਸਲ ਬਾਰੇ। ਮੈਕਸੀਮਮ ਤਾਂ ਪਹਿਲਾ ਪੁਆਇੰਟ ਇਹ ਹੈ ਕਿ ਗੁੰਮਰਾਹ ਕਿੱਥੇ ਕਰਦੇ ਆ ਇਹ ਜਿਹੜੇ ਉੱਚੀ ਕੋਟੀ ਦੇ ਖਿਡਾਰੀ ਹੈ। ਮੈਕਸੀਮਮ ਖਿਡਾਰੀਆਂ ਨੇ ਗੁੰਮਰਾਹ ਕੀਤਾ ਕਿ ਇਹ ਜਿੱਤੇ ਹੋਏ ਕਬੂਤਰ ਦੀ ਅਸਲੀਅਤ ਨੂੰ ਛੁਪਾ ਜਾਂਦੇ ਆ। ਜਿਵੇਂ ਬਾਬੇ ਧੰਨੇ ਦਾ ਨਾਂ ਚੱਲਦਾ, ਜਿਨ੍ਹਾਂ ਖਿਡਾਰੀਆਂ ਦੇ ਪੁਰਾਣਿਆਂ ਦੇ ਨਾਂ ਚੱਲਦੇ ਆ, ਅਸਲੀਅਤ ਨੂੰ ਛੁਪਾਉਣ ਲਈ ਉਹਨਾਂ ਦੇ ਨਾਂ ਨਾਲ ਜੋੜ ਕੇ ਗੁੰਮਰਾਹ ਕਰ ਜਾਂਦੇ ਆ, ਇਹ ਫਲਾਣਿਆਂ ਵਿੱਚੋਂ ਸੀਗਾ ਜੀ, ਇਹ ਇੱਦਾਂ। ਕਦੇ ਕਿਸੇ ਨੇ ਦੱਸਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਇੱਦਾਂ ਇੱਦਾਂ ਕਰਕੇ ਅਸੀਂ ਗੇਮ ਬਣਾਈ ਅਤੇ ਇਹ ਕਬੂਤਰ ਜਿੱਤਣ ਲੱਗ ਪਿਆ। ਮਤਲਬ ਜਿਹੜੀ ਅਸਲੀ ਪੀੜ੍ਹੀ ਨੂੰ ਸੇਧ ਮਿਲਣੀ ਚਾਹੀਦੀ ਉਹ ਨਹੀਂ ਮਿਲਦੀ, ਸਿਰਫ ਇੱਕ ਚੱਲਦੇ ਨਾਵਾਂ ਦੇ ਨਾਲ ਕਬੂਤਰਬਾਜ਼ੀ ਨੂੰ ਜੋੜ ਕੇ ਉਹ 'ਤੇ ਪੋਚਾ ਫੇਰ ਜਾਂਦੇ ਆ। ਦੂਜੀ ਗੱਲ ਜਿਹੜੀ ਵੇਖਣ ਵਿੱਚ ਆਈ ਹੈ, ਚੰਗੇ ਚੰਗੇ ਖਿਡਾਰੀ ਟੌਪ ਦੇ ਜਿਨ੍ਹਾਂ ਨੂੰ ਕਹਿ ਲਓ, ਆਪਣੀ ਵਡਾਈ ਕਰਨ ਦੇ ਟਾਈਮ ਕਈ ਵਾਰੀ ਇੱਦਾਂ ਦਾ ਵੀ ਝੂਠ ਬੋਲ ਜਾਂਦੇ ਆ ਜਿਹਦੇ ਜੇ ਸਬੂਤ ਪੇਸ਼ ਕੀਤੇ ਜਾਣ ਤਾਂ ਕੋਰਾ ਝੂਠ ਸਾਹਮਣੇ ਆ ਸਕਦਾ। ਕਿਸੇ ਖਿਡਾਰੀ ਦੀ ਇੰਟਰਵਿਊ ਦੇਖਦਾ ਸੀ ਅਤੇ ਉਹਨੇ ਕਿਸੇ ਬਾਜ਼ੀ ਦੀ ਗੱਲ ਕੀਤੀ ਕਿ ਉੱਥੇ ਸਾਡਾ ਇੰਨਾ ਉੱਡ ਗਿਆ, ਉਹ ਬਾਜ਼ੀ 'ਚ ਮੈਂ ਖੁਦ ਆਪ ਮੌਜੂਦ ਸੀ, ਮੈਨੂੰ ਪਤਾ ਕਿ ਅਸਲੀਅਤ ਕੌਣ ਜਿੱਤਿਆ ਕੌਣ ਹਾਰਿਆ ਕਿਹਦਾ ਕਬੂਤਰ। ਹੁਣ ਨਾਂ ਨਹੀਂ ਆਪਾਂ ਲੈਣਾ ਚਾਹੁੰਦੇ, ਜਿਹੜੇ ਖਿਡਾਰੀ ਦਾ ਸਾਡੇ ਸਿਰ ਦੇ ਉੱਪਰੋਂ ਦੀ 3 ਵਜੇ ਨਿਕਲ ਕੇ ਵਾਪਸੀ ਨਾ ਆਇਆ ਹੋਵੇ, ਉਹ ਕਹਿ ਦੇ ਕਿ ਮੇਰਾ 7 ਵਜੇ ਉੱਤੇ ਇਕੱਲਾ ਰਹਿ ਗਿਆ ਸੀ ਜਾਂ ਮੈਂ ਉਹ ਬਾਜ਼ੀ 'ਚ ਜਿੱਤ ਗਿਆ ਸੀ। ਇਹ ਗੱਲ ਇਹੀ ਜੀ ਦੇਖ ਕੇ ਬਹੁਤ ਦੁੱਖ ਹੁੰਦਾ। ਸਾਡੇ ਵਰਗਾ ਕਹਿ ਦੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਮਾਰਾ, ਐਵੇਂ ਚੇਲੇ ਚੁੱਲੇ ਬਣਾਉਣ ਦਾ ਮਾਰਾ, ਗੱਲ ਵੱਖ, ਮੇਰਾ ਉੱਥੇ ਜਿੱਤ ਗਿਆ ਸੀ, ਅਤੇ ਉਹ ਵੀ ਇੱਦਾਂ ਦੀ ਬਾਜ਼ੀ 'ਚ ਕਹਿ ਦੇ ਕਿ ਜਿਹਦਾ ਲਾਈਵ ਚੱਲਦਾ ਹੋਵੇ, ਸਾਹਮਣੇ ਕਰਦੀ ਹੈ ਤਾਂ ਬਹੁਤ ਬੇਇੱਜ਼ਤੀ ਵਾਲੀ ਗੱਲ ਹੈ। ਆਪ ਵੀ ਬੇਇੱਜ਼ਤੀ ਮੰਨੂੰਗਾ,
ਸਾਡੇ ਨਾਲ ਵੀ ਫਿਰ ਖਾਰ ਰੱਖੂਗਾ ਕਿ ਪਰਦਾ ਫਾਸ਼ ਕਰਤਾ। ਅਤੇ ਮੇਰੀ ਇਹੋ ਅਪੀਲ ਹੈ ਕਿ ਜਿਹੜੇ ਵੀਰ ਇਸ ਉਪਰਾਲੇ ਨੂੰ ਕਰ ਰਹੇ ਆ ਉਹ ਵੀ ਥੋੜ੍ਹਾ ਜਿਹਾ ਉਹਨਾਂ ਬਾਰੇ ਨੌਲੇਜ ਰੱਖ ਕੇ ਚੱਲਣ ਅਤੇ ਉਹਨੂੰ ਪਹਿਲਾਂ ਹੀ ਕਹਿ ਦੇਣ ਕਿ ਜਿੱਥੇ ਤੈਨੂੰ ਮਤਲਬ ਆਪਣਾ ਪੱਖ ਮਾੜਾ ਦਿਖੇ ਉਹ ਸ਼ਬਦ ਕਵਰ ਕਰ ਲਓ, ਪਰ ਝੂਠ ਬੋਲ ਕੇ ਲੋਕਾਂ ਨੂੰ ਗੁੰਮਰਾਹ ਨਾ ਕਰੋ। ਕਿਉਂਕਿ ਕਿਸੇ ਬਾਜੀ ਦੇ ਬਾਰੇ 'ਚ ਆਪਾਂ ਜੇ ਝੂਠ ਕਹਾਂਗੇ ਤਾਂ ਉੱਥੇ ਬਾਜੀ 'ਤੇ ਘੱਟ ਤੋਂ ਘੱਟ ਮੈਂ ਮੰਨਦਾ ਜੇ 50 ਕਬੂਤਰ ਵੀ ਉੱਡੇ ਹੋਣ ਅਤੇ 100-150 ਬੰਦਾ ਪਹੁੰਚਿਆ ਹੁੰਦਾ, ਅਤੇ ਉਹਦੇ 'ਚ 20-30 ਲੋਕ ਇੱਦਾਂ ਦੇ ਹੁੰਦੇ ਜਿਹੜੇ ਹਰ ਗੱਲ ਨੂੰ, ਹਰ ਬਾਜੀ ਦੀ ਚੀਜ਼ ਨੂੰ ਯਾਦ ਰੱਖਦੇ। ਜਦੋਂ ਫਿਰ ਕੋਈ ਖਿਡਾਰੀ ਉਹ ਬਾਜੀ ਦੇ ਬਾਰੇ ਆਪਣੀ ਘੁੰਡੀ ਗਲਤ ਪਾ ਜਾਵੇ, ਚਲੋ ਫੇਸਬੁੱਕ 'ਤੇ ਹੋ ਗਿਆ ਜਾਂ ਇੱਥੇ ਇੰਟਰਵਿਊ ਚੱਲਦੀ ਦੇ ਵਿੱਚ ਕੋਈ ਰਿਪਲਾਈ ਨਹੀਂ ਕਰ ਸਕਦਾ, ਪਰ ਉਹ 10 ਬੰਦਿਆਂ ਨੂੰ ਅੱਗੇ ਜਾ ਕੇ ਜ਼ਰੂਰ ਕਹਿੰਦਾ ਕਿ ਆਹ ਦੇਖੋ ਬੰਦੇ ਨੇ ਪਾਈ ਹੈ ਅਤੇ ਇਹ 'ਚ ਆਹ ਬਾਜੀ 'ਚ ਆਹ ਝੂਠ ਬੋਲ ਕੇ ਹੈ। ਬਾਕੀ ਜਿਹੜੀ ਨਸਲ ਛਪਾਉਣ ਵਾਲੀ ਗੱਲ ਹੈ ਇਹ ਵੀ ਕਲੀਅਰ ਹੈ, ਇਹ ਵੀ ਨਹੀਂ ਮਤਲਬ ਕਰਨੀ ਚਾਹੀਦੀ ਇੱਦਾਂ ਚੰਗੇ ਚੰਗੇ ਖਿਡਾਰੀਆਂ ਦੀਆਂ ਇੰਟਰਵਿਊਆਂ 'ਚ। ਜਿਵੇਂ ਮੇਰੀ ਕਿਸੇ ਨਾਲ ਨਹੀਂ ਬਣਦੀ, ਬਣਨੋਂ ਹਟ ਗਈ, ਆਪਾਂ ਉਹਦੇ ਕੋਲੋਂ ਸਿੱਖਦੇ ਰਹੇ ਹਾਂ, ਉਹਦੇ ਕੋਲੋਂ ਕਬੂਤਰ ਆਉਂਦੇ ਰਹੇ ਹਾਂ, ਮੈਂ ਛਪਾਉਣ ਦੇ ਉਹਨਾਂ ਗੱਲਾਂ ਨੂੰ ਮਾਰੇ ਹੋਰ ਹੀ ਝੂਠ ਬੋਲ ਜਾਣਾ ਉੱਥੇ। ਜਦੋਂ ਕੋਈ ਆਪਣੇ ਘਰੋਂ ਚੱਲ ਕੇ ਆਪਣਾ ਮਤਲਬ ਤੇਲ ਫੂਕ ਕੇ ਆਪਣਾ ਟਾਈਮ ਵੇਸਟ ਕਰਕੇ ਤੁਹਾਨੂੰ ਲੋਕਾਂ ਦੇ ਸਾਹਮਣੇ ਤੁਹਾਡੀ ਇੱਜ਼ਤ ਬਣਾਉਣ ਦੀ ਕੋਸ਼ਿਸ਼ ਕਰ ਰਿਹਾ, ਅਤੇ ਜਿਹੜਾ ਖਿਡਾਰੀ ਇੰਟਰਵਿਊ ਦੇ ਰਿਹਾ ਉਹਨੂੰ ਇੰਨੀ ਕੁ ਹਿੰਮਤ ਰੱਖਣੀ ਚਾਹੀਦੀ ਹੈ ਕਿ ਸੱਚ ਨੂੰ ਬਿਆਨ ਕਰ ਦੇ। ਜੇ ਮੰਨ ਲਓ ਮੈਂ ਕਿਸੇ ਬੰਦੇ ਕੋਲੋਂ ਕੋਈ ਗੇਮ ਸਿੱਖੀ, ਮੈਂ ਤੋਂ ਵਾਪਸ ਤਾਂ ਨਹੀਂ ਲੈ ਸਕਦਾ ਹੁਣ ਕਿਸੇ ਵੀ ਤਰੀਕੇ ਨਾਲ, ਭਾਵੇਂ ਉਹ ਤੋਂ ਪਾਣੀ ਸਿੱਖਿਆ, ਭਾਵੇਂ ਉਹ ਤੋਂ ਆਪਾਂ ਗੋਲੀਆਂ ਹੀ ਸਿੱਖ ਲਈਆਂ, ਚਲੋ ਵਾਪਸ ਨਹੀਂ ਲੈ ਸਕਦਾ ਉਹ। ਅਤੇ ਜੇ ਕਿਸੇ ਬੰਦੇ ਤੋਂ ਅਸੀਂ ਕਬੂਤਰ ਕਦੇ ਲਏ ਆ, ਉਹਨਾਂ 'ਚੋਂ ਅੱਗੇ ਕਬੂਤਰ ਬਣੇ ਆ, ਉਹ ਅਸੀਂ ਅੱਜ ਲੁਕਾ ਲਈਏ ਵੀ ਅਸੀਂ ਆਹ ਗੇਮ ਬਣਾਂਗੇ, ਉਹ ਬੰਦੇ ਦੇ ਹਾਂ ਇਹ ਗੱਲ ਵੱਖ ਹੈ ਕਿ ਅਸੀਂ ਜੇ ਕਿਸੇ ਦੇ ਦੱਬ ਲਏ ਹੋਏ ਉਹ ਕਹਿਣ ਤੋਂ ਅਸੀਂ ਗੁਰੇਜ ਕਰਾਂਗੇ ਕਿ ਆਹ ਬੰਦੇ ਦੇ ਕਬੂਤਰ ਦੱਬ ਗਏ, ਅਸੀਂ ਦੱਬ ਤਾਂ ਜਾਂਦੇ ਹੀ ਹੈ। ਕਬੂਤਰਬਾਜ਼ੀ ਦੇ ਵਿੱਚ ਇਹ ਗੇਮ ਆਮ ਚੱਲਦੀ ਹੈ ਕਿ ਦੱਬ ਜਾਂਦੇ ਆ, ਵੱਡੇ ਵੱਡੇ ਖਿਡਾਰੀ ਕਰ ਜਾਂਦੇ ਆ, ਕਹਿੰਦੇ ਤਾਂ ਮਰ ਗਿਆ, ਲੈ ਗਈ ਬਿੱਲੀ, ਲੈ ਗਿਆ ਕੁੱਤਾ, ਹੈਂ। ਇਹ ਗੱਲਾਂ ਕਬੂਤਰਬਾਜ਼ੀ ਦੇ ਨਾਲ ਇਹ ਤਾਂ ਜੁੜੀਆਂ ਹੀ ਆ, ਪਰ ਜਦੋਂ ਕੋਈ ਚੰਗਾ ਖਿਡਾਰੀ ਕੋਈ ਇਹੋ ਜਿਹਾ ਝੂਠ ਬੋਲ ਕੇ ਕਵਰ ਕਰਨਾ ਚਾਹੁੰਦਾ ਜਿਹਦੇ ਬਾਰੇ ਲੋਕਾਂ ਨੂੰ ਪਤਾ ਹੋਵੇ, ਜਾਂ ਤਾਂ ਕੋਈ ਇੱਦਾਂ ਦੀ ਗੱਲ ਹੋਵੇ ਕਿ ਕਿਸੇ ਨੂੰ ਨਹੀਂ ਪਤਾ, ਬਸ ਦੋ ਹੀ ਬੰਦੇ ਜਾਣਦੇ ਆ, ਜਾਂ ਮੈਂ ਜਾਂ ਉੱਪਰ ਵਾਲਾ ਜੋ ਵੀ, ਫਿਰ ਤਾਂ ਗੱਲ ਦੱਬ ਸਕਦੀ ਆ। ਕਿਸੇ ਵੀ ਚੀਜ਼ ਦੇ ਬਾਰੇ ਜਦੋਂ ਕੋਈ ਕਿਸੇ ਨੂੰ ਪਤਾ, 10-20-30 ਬੰਦਿਆਂ, 50 ਬੰਦਿਆਂ ਨੂੰ, 100 ਬੰਦਿਆਂ ਨੂੰ, ਉਹ ਚੀਜ਼ ਨੂੰ ਤੁਸੀਂ ਇੰਟਰਵਿਊ ਦੇ ਵਿੱਚ ਕਵਰ ਕਰੋ ਅਤੇ ਫਿਰ ਉਹਦੇ 'ਚ ਕੀ ਹੁੰਦਾ। ਜਿਹੜੇ ਐਂਟੀ ਪਾਰਟੀ 'ਚ ਵੀ 10-20 ਬੰਦੇ ਇੱਦਾਂ ਦੇ ਹੁੰਦੇ ਆ ਜਿਹੜੇ ਤੁਹਾਨੂੰ ਇੱਜ਼ਤ ਦੀ ਨਜ਼ਰ ਨਾਲ ਦੇਖਦੇ ਆ, ਉਹ ਫਿਰ ਲਾਸਟ 'ਚ ਕੀ ਹੁੰਦਾ, ਉਹ ਐਂਟੀ ਪਾਰਟੀ ਵਾਲੇ ਵੀ ਤੁਹਾਡੀ ਪਾਰਟੀ 'ਚ ਬੰਦਿਆਂ ਨਾਲ, ਇਹ ਤਾਂ ਹੈ ਨਹੀਂ ਕਿ ਗੰਡਾਸਾ ਖੜਕਿਆ, ਉਹ ਕਹਿਣਗੇ ਯਾਰ ਆਹ ਦੇਖ ਲਿਆ ਤੁਹਾਡਾ, ਇਹਨੂੰ ਤੁਸੀਂ ਉਸਤਾਦ ਬਣਾਉਣ ਨੂੰ ਫਿਰਦੇ ਹੋ ਜਾਂ ਬਣਾਈ ਬੈਠੇ, ਆ ਇੱਥੇ ਝੂਠ ਬੋਲ ਗਿਆ, ਇਹ ਚੰਗੀ ਗੱਲ ਨਹੀਂ ਹੁੰਦੀ। ਅਤੇ ਇਸੇ ਜਿਹੜੇ ਵੀਰ ਕੋਈ ਇੰਟਰਵਿਊ ਦੇਖਦੇ ਆ ਉਹਨੂੰ 100% ਸੱਚ ਮੰਨ ਕੇ ਫੋਲੋ ਕਰ ਲੈਣਾ, ਜਾਂ ਉਹਨਾਂ ਕਬੂਤਰਾਂ ਦੇ ਮਗਰ ਲੱਗ ਜਾਣਾ ਕਿ ਉਹਨੇ ਕਿਹਾ ਸੀ, ਵੱਡੇ ਖਿਡਾਰੀ ਨੇ ਉਹਨੇ ਸੱਚ ਹੀ ਕਿਹਾ ਸੀ, ਆਹ ਇਹ ਉੱਡ ਗਏ, ਇੱਦਾਂ ਉੱਡ ਗਏ, ਰਿਜ਼ਲਟ ਆਪ ਕੱਢ ਲਓ, ਮਿਹਨਤ ਆਪ ਕਰ ਲਓ, ਜੋ ਰਿਜ਼ਲਟ ਤੁਹਾਡੀਆਂ ਅੱਖਾਂ ਦੇ ਸਾਹਮਣੇ ਉਹੀ ਸੱਚ ਹੈ ਦੁਨੀਆ 'ਤੇ, ਜੋ ਰਿਜ਼ਲਟ ਤੁਸੀਂ ਕੱਢਿਆ ਉਹ ਸੱਚ ਹੈ, ਦੁਨੀਆ ਕੀ ਕਹਿੰਦੀ ਹੈ, ਮੈਂ ਕੀ ਕਿਹਾ ਜਾਂ ਹੋਰ ਖਿਡਾਰੀਆਂ ਨੇ ਕੀ ਕਿਹਾ, ਉਹ ਸਭ ਝੂਠ। ਇਹੀ ਇੱਕ ਨੁਕਤਾ ਕਬੂਤਰਬਾਜ਼ੀ ਦਾ, ਕਿਉਂਕਿ ਜੋ ਰਿਜ਼ਲਟ ਤੁਹਾਡੇ ਘਰ ਤੁਹਾਡੀਆਂ ਅੱਖਾਂ 'ਚ ਤੁਹਾਡੇ ਹੱਥਾਂ 'ਚ ਨਿਕਲਿਆ ਨਾ, ਉਹੀ ਰਿਜ਼ਲਟ ਹੈ। ਇਹ ਰਿਜ਼ਲਟ ਜਗ੍ਹਾ ਬਦਲਣ ਨਾਲ, ਘਰ ਬਦਲਣ ਨਾਲ, ਹੱਥ ਬਦਲਣ ਨਾਲ ਚੇਂਜ ਵੀ ਹੁੰਦੇ ਆ, ਇਹ ਵੀ ਆਪਣਾ ਤਜਰਬਾ। ਇਸ ਲਈ ਤੁਹਾਨੂੰ ਅੱਜ ਇਹ ਬਹੁਤ ਹੀ ਬੇਸ਼ਕੀਮਤੀ ਨੁਕਤਾ ਮੈਂ ਦੱਸ ਚੱਲਿਆ ਕਿ ਜਦੋਂ ਇਹਨਾਂ ਲੋਕਾਂ ਨੇ ਤਾਂ ਆਪਣੇ ਕੀਤੇ ਕਿਰਾਏ 'ਤੇ ਪਾਣੀ ਫੇਰਿਆ ਹੀ ਆ, ਤੁਹਾਨੂੰ ਆਪਾਂ ਇਹ ਸਲਾਹ ਦੇ ਚੱਲੇ ਹਾਂ ਕਿ ਜੋ ਰਿਜ਼ਲਟ ਤੁਹਾਡੇ ਹੱਥਾਂ 'ਚ, ਤੁਹਾਡੇ ਘਰ ਆ, ਤੁਹਾਡੀਆਂ ਅੱਖਾਂ ਦੇ ਸਾਹਮਣੇ ਆ, ਉਹੀ ਰਿਜ਼ਲਟ ਹੈ, ਅਦਰਵਾਈਜ਼ ਸਭ ਪੋਚਾ ਫੇਰਨ ਵਾਲੀਆਂ ਗੱਲਾਂ। ਸਤਿ ਸ਼੍ਰੀ ਅਕਾਲ ਦੋਸਤੋ, ਜਿੰਦਾਬਾਦ ਕਬੂਤਰਬਾਜ਼ੀ। ਆਪਣੀ ਕੋਸ਼ਿਸ਼ ਹੁੰਦੀ ਆ ਕਿ ਨਾ ਹੀ ਵੀਡੀਓ ਪਾਈਏ,
ਪਰ ਨਹੀਂ ਮਨ ਮੰਨਦਾ ਜਦੋਂ ਕੋਈ ਛੇੜਖਾਨੀਆਂ ਜਿਹੀਆਂ ਕਰਦਾ ਹੈ ਜਾਂ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰਦਾ ਜਾਂ ਜਿਹੜਾ ਬੰਦਾ ਉਹਦੀ ਇੱਜ਼ਤ ਬਣਾਉਣੀ ਚਾਹੁੰਦਾ ਉਹਦੀਆਂ ਅੱਖਾਂ 'ਚ ਧੂੜ ਮਿੱਟੀ ਪਾ ਕੇ ਕੁਛ ਕਰਦਾ। ਐਵੇਂ ਮਿਲਦੇ ਰਹਾਂਗੇ, ਕੋਸ਼ਿਸ਼ ਕਰਾਂਗੇ ਘੱਟ ਤੋਂ ਘੱਟ ਸਾਹਮਣਾ ਕਰੀਏ ਵੀਡੀਓ ਦਾ, ਪਰ ਫਿਰ ਵੀ ਕਦੇ ਕਦੇ ਆਉਣੀ ਪੈ ਜਾਂਦੀ ਹੈ ਕਿਉਂਕਿ ਆਪਣਾ ਮਾਲਿਕ ਬਾਬਾ ਬੁੱਲੇ ਸ਼ਾਹ ਕਹਿ ਹੀ ਗਿਆ ਕਿ ਝੂਠ ਬੋਲਿਆਂ ਕੁਝ ਬਚਦਾ ਹੈ, ਸੱਚ ਬੋਲਿਆਂ ਭਾਂਬੜ ਮੱਚਦਾ ਹੈ। ਫਿਰ ਵੀ ਜੱਚ ਜੱਚ ਕੇ ਜੀਭਾ ਕਹਿੰਦੀ ਹੈ, ਮੂੰਹ ਆਈ ਬਾਤ ਨਾ ਰਹਿੰਦੀ ਹੈ। ਜਦੋਂ ਸੱਚ ਦੀ ਗੱਲ ਆ ਜੇ ਆਪਾਂ ਬੋਲ ਹੀ ਦੇਈਦਾ, ਟਾਈਮ ਕੱਢ ਹੀ ਲਈਦਾ ਕਿ ਸੱਚ ਲੋਕਾਂ ਨੂੰ ਸਾਹਮਣੇ ਲਿਆ ਦੀਏ, ਤਾਂ ਇਹੀ ਗੱਲ ਹੈ ਕਿ ਤੁਸੀਂ ਜੋ ਆਪਣੀਆਂ ਅੱਖਾਂ ਦੇ ਸਾਹਮਣੇ ਹੋਇਆ ਉਹਨੂੰ ਸੱਚ ਮੰਨ ਕੇ ਚੱਲੋ, ਅਤੇ ਖੇਡ ਜੋ ਤੁਹਾਡੇ ਹੱਥਾਂ 'ਚ ਹੈ ਉਹਨੂੰ ਸੱਚ ਮੰਨ ਕੇ ਚੱਲੋ। ਕਿਸੇ ਦੀਆਂ ਕਹੀਆਂ 'ਤੇ, ਕਿਸੇ ਦੀਆਂ ਸੁਣੀਆਂ 'ਤੇ ਭਰੋਸਾ ਕਰਨਾ, ਵੈਸੇ ਤਾਂ ਕਲ ਯੁੱਗ ਦੀ ਫਿਤਰਤ ਆ, ਕਹਿੰਦਾ ਜਿਹਨੇ ਮੇਰੇ 'ਤੇ ਵਿਸ਼ਵਾਸ ਕੀਤਾ ਮੈਂ ਉਹਨੂੰ ਧੋਤਾ, ਇੱਦਾਂ ਹੀ ਹੈ। ਸਤਿ ਸ਼੍ਰੀ ਅਕਾਲ ਦੋਸਤੋ, ਜਿੰਦਾਬਾਦ ਕਬੂਤਰਬਾਜੀ, ਅਤੇ ਆਪਣਾ ਲਾਹੌਰੀ ਉਸਤਾਦ ਆਲਵੇ ਜਿੰਦਾਬਾਦ।